ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਪੁਲਿਸ ਨੂੰ ਜਲੰਧਰ ਪੁਲਿਸ ਦੀ ਗੱਲ ਕਰਾਂ ਤਾਂ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ, 48 ਕਿਲੋ ਹੀਰੋਇਨ ਤੇ 84 ਲੱਖ ਰੁਪਏ ਜਿਹੜੇ ਹੈਗੇ ਆ ਡਰੱਗ ਮਨੀ ਬਰਾਮਦ ਹੋਈ ਆ। ਮੈਂ ਇੱਕ ਵਾਰੀ ਤਸਵੀਰ ਇੱਕ ਛੋਟੀ ਜਿਹੀ ਦਿਖਾਉਣੀ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਕਿਵੇਂ ਇਹ ਲੋਕ ਹੀਰੋਇਨ ਜਿਹੜੀ ਸੀਗੀ ਉਹ ਲੈ ਕੇ ਆਉਂਦੇ ਸੀਗੇ। ਇੱਕ ਮੈਂ ਤਸਵੀਰ ਦਿਖਾਉਣਾ ਚਾਹੁੰਦਾ, ਇਹ ਟਰੱਕ ਦੇ ਨੀਚੇ ਜਿੱਥੇ ਫੱਟੇ ਬੱਲੀਆਂ ਵਗੈਰਾ ਟਕਾਈਆਂ ਹੁੰਦੀਆਂ ਇਹ ਉਹ ਵਾਲਾ ਹਿੱਸਾ ਹੈਗਾ ਜਿਹਦੇ ਵਿੱਚ ਹੀਰੋਇਨ ਲੁਕੋ ਕੇ ਇਹ ਤਸਕਰੀ ਕਰਦੇ ਸੀਗੇ। ਇਹ ਵਾਲੇ ਇਲਾਕੇ, ਇਹ ਵਾਲੀ ਜਗ੍ਹਾ ਦੇ ਵਿੱਚ ਹੀਰੋਇਨ ਜਿਹੜੀ ਸੀ ਛੁਪਾਈ ਜਾਂਦੀ ਸੀਗੀ। ਬਾਕੀ ਪੁਲਿਸ ਕਮਿਸ਼ਨਰ ਜਲੰਧਰ ਸਾਡੇ ਨਾਲ ਹੈਗੇ ਨੇ, ਉਹਨਾਂ ਨਾਲ ਗੱਲ ਕਰਦੇ। ਸਰ, 2 ਹਫ਼ਤੇ ਪਹਿਲਾਂ ਰਿਕਵਰੀ ਕੀਤੀ ਹੈਗੀ ਆ ਔਰ 13 ਲੋਕ ਜਿਹੜੇ ਤੁਸੀਂ ਅਰੈਸਟ ਕੀਤੇ ਹੈਗੇ, ਸਾਰਾ ਮਾਮਲਾ ਸਮਝਾਓ। ਜਿਹੜੀ 2 ਹਫ਼ਤੇ ਪਹਿਲਾਂ 48 ਕਿਲੋ ਹੀਰੋਇਨ ਫੜੀ ਸੀਗੀ, ਉਹਦਾ ਹੀ ਫੋਰਵਰਡ ਬੈਕਵਰਡ ਲਿੰਕੇਜ ਜਿਹੜੇ ਹੈ ਸਾਡੀ ਸਪੈਸ਼ਲ ਟੀਮ CI ਦੀ ਟੀਮ ACP ਸਾਹਿਬ ਤੇ ਲੱਗੇ ਹੋਏ ਸੀਗੇ ਤੇ 3 ਅਲੱਗ ਅਲੱਗ ਕੈਟਾਗਰੀ ਦੇ ਲੋਕ ਆਪਾਂ ਗ੍ਰਿਫਤਾਰ ਕੀਤੇ। ਪਹਿਲਾਂ ਤਾਂ ਡਰਾਈਵਰ ਸੀਗੇ ਜਿਹੜੇ ਖੇਪ ਲੈ ਕੇ ਆਉਂਦੇ ਸੀਗੇ, ਪੈਸੇ ਲੈ ਕੇ ਜਾਂਦੇ ਸੀਗੇ। ਇਹ 4 ਵਿਅਕਤੀ ਹੈ, ਇਹ ਜਲੰਧਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੈ। ਇਹਨਾਂ ਦੇ ਪੁਜੀਸ਼ਨ ਤੋਂ ਇੱਕ ਇਨੋਵਾ ਅਤੇ ਇੱਕ ਟਰੱਕ ਬਰਾਮਦ ਹੋਇਆ, ਉਹਨਾਂ ਤੋਂ ਸੀਕਰੇਟ ਚੈਂਬਰ ਇਹਨਾਂ ਨੇ ਬਣਾਏ ਹੋਏ ਸੀਗੇ। ਟਰੱਕ ਜਿਹੜਾ ਹੈ ਉਹ 3 ਵਾਰ ਪਿਛਲੇ 1.5 ਸਾਲ ਤੋਂ 3 ਵਾਰ ਜੇਣ ਕੇ ਜਾ ਕੇ ਖੇਪ ਲੈ ਕੇ ਆਉਂਦਾ ਸੀਗਾ, ਅਲੱਗ ਅਲੱਗ ਕੁਆਂਟਿਟੀ ਕੀ, ਕਦੀ 25 ਕਿਲੋ 30 ਕਿਲੋ। ਅਤੇ ਇਨੋਵਾ ਜਿਹੜੀ ਸੀਗੀ ਉਹ 4 ਵਾਰ ਲੈ ਕੇ ਆਈ ਹੈ, ਖੇਪ ਲੈ ਕੇ ਆਉਂਦੇ ਸੀਗੇ, ਪੈਸੇ ਛੱਡ ਕੇ ਆਉਂਦੇ ਸੀਗੇ। ਨੰਬਰ 1, ਇਹ ਜਿਹੜੀ ਖੇਪ ਹੁੰਦੀ ਸੀਗੀ, ਜ਼ਿਆਦਾਤਰ ਇਹ ਰੂਟ ਇਹਨਾਂ ਇਸਦਾ ਦਿੱਲੀ ਹੁੰਦਾ ਸੀਗਾ, ਜ਼ਿਆਦਾਤਰ ਥੋੜ੍ਹੀ ਬਹੁਤ ਇੱਥੇ ਖਬਰ ਹੋ ਸਕਦਾ ਕਿ ਹੁੰਦੀ ਹੋ। ਨੰਬਰ 1। ਨੰਬਰ 2, 2 ਹੋਰ ਵਿਅਕਤੀ ਗ੍ਰਿਫਤਾਰ ਕੀਤੇ ਹਨ, ਜਿਹੜੇ ਇੱਕ ਫੋਰਨ ਹੈਂਡਲਰ ਹੈ ਹੁਸ਼ਿਆਰਪੁਰ ਦਾ ਰਹਿਣ ਵਾਲਾ, ਜਿਹਦਾ ਨਾਮ ਵਿਨੋਦ ਉਰਫ ਲੱਕੀ ਹੈ। ਇਹ ਫੋਰਨ ਬੈਠਾ, ਇਹਦੀ ਫੈਮਿਲੀ ਵੀ ਫੋਰਨ ਬੈਠੀ ਹੋਈ ਹੈ। ਇਹਦੀ ਕੁਛ ਫੈਮਿਲੀ ਮੈਂਬਰਸ ਆਪਾਂ ਗ੍ਰਿਫਤਾਰ ਵੀ ਕੀਤੇ ਹਨ, ਜਿਹੜੇ ਲੁਧਿਆਣੇ ਡਰੱਗ ਮਨੀ ਜਿਹੜੀ ਬਾਹਰੋਂ ਆਈ ਸੀਗੀ ਉਸ ਤੋਂ ਉਹਨਾਂ ਨੇ ਕੁਛ ਜਿਹੜਾ ਕਾਰ ਵਗੈਰਾ, ਵਹੀਕਲਸ, ਘਰ ਦਾ ਸਮਾਨ ਵਗੈਰਾ ਖਰੀਦਿਆ ਸੀਗਾ, ਉਹ ਗ੍ਰਿਫਤਾਰ ਕੀਤਾ ਹੈ। ਅਤੇ ਵਿਨੋਦ ਉਰਫ ਲੱਕੀ ਜਿਹੜਾ ਹੈ, ਇਹਦੇ ਨਾਲ ਦੇ 2 ਹੋਰ ਵਿਅਕਤੀ ਹੈ ਮਾਝੇ ਦੇ ਰਹਿਣ ਵਾਲੇ, ਮਲਕੀਤ ਅਤੇ ਮਨਜੀਤ, ਇਹ ਵੀ ਗ੍ਰਿਫਤਾਰ ਕੀਤੇ। ਇਹ ਉਹੀ ਵਿਅਕਤੀ ਹੈ ਜਿਹੜੇ 2-3 ਸਾਲ ਪਹਿਲਾਂ ਮੁੰਬਈ ATS ਨੇ ਪੋਰਟ ਤੋਂ ਗ੍ਰਿਫਤਾਰ ਕੀਤੇ ਸੀ। ਹਾਂਜੀ, ਮਧੁਰਾ ਪੋਰਟ ਨਾਲ 25-72 ਕਿਲੋ ਹੀਰੋਇਨ ਫੜੀ ਗਈ ਸੀਗੀ। ਤੀਜੀ ਕੈਟੇਗਰੀ ਹੈ ਜਿਹੜੇ ਹਵਾਲਾ ਓਪਰੇਟਰਸ ਹੈ, ਉਹ 3 ਕੈਟੇਗਰੀ ਦੇ ਹੈ। ਇੱਕ ਲੁਧਿਆਣੇ ਵਾਲੇ ਹੈ ਜਿਨ੍ਹਾਂ ਨੂੰ ਨੋਮੀਨੇਟ ਕਰ ਲਿਆ ਗਿਆ ਹੈ। ਦੂਸਰਾ ਜਿਹੜਾ ਹੈ ਉਹ ਰੋਹਿਤ ਸਿੰਘ ਨਾਮ ਦਾ ਵਿਅਕਤੀ ਹੈ, ਹਵਾਲਾ ਓਪਰੇਟਰ ਸੀਗਾ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਅੰਮ੍ਰਿਤਸਰ ਤੋਂ। ਤੀਜਾ ਇੱਕ ਰਿਟਾਇਰਡ ਡਿਸਮਿਸਡ BSF ਦਾ ਜਵਾਨ ਸੀਗਾ, ਜਿਹੜਾ ਜੰਮੂ ਦਾ ਰਹਿਣ ਵਾਲਾ, ਚੌਧਰੀ ਨਾਂ ਉਹਦਾ, ਉਹਨੂੰ ਵੀ ਨੋਮੀਨੇਟ ਕਰ ਲਿਆ ਗਿਆ ਹੈ। ਚੌਧਰੀ ਦਾ ਲਿੰਕ ਨਿਕਲ ਕੇ ਆਇਆ ਹੈ ਸਨੀ ਦਿਆਲ ਤੋਂ, ਜਿਹੜਾ ਨੂਨ ਸਮਗਲਰ ਹੈ ਅੰਮ੍ਰਿਤਸਰ ਏਰੀਆ ਦਾ, ਫੋਰਨ ਬੈਠਾ। ਅਤੇ ਟੋਟਲ ਇਸ ਓਪਰੇਸ਼ਨ 'ਚ ਹੁਣ ਤੱਕ, ਓਪਰੇਸ਼ਨ ਚੱਲ ਰਿਹਾ ਹੁਣ ਤੱਕ, 1.5 ਕਰੋੜ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ, 7 ਗੱਡੀਆਂ ਹੋਈਆਂ, 13 ਲੋਕ ਗ੍ਰਿਫਤਾਰ ਹਨ, ਕੁਛ ਗੋਲਡ ਆਰਨਾਮੈਂਟਸ ਵੀ ਸਾਨੂੰ ਮਿਲੇ, ਅਤੇ 7 ਦੇ ਕਰੀਬ ਜਿਹੜੀ ਗੱਡੀਆਂ ਹੈ ਜਿਹਦੇ 'ਚ ਕੈਸ਼ ਅਤੇ ਕੌਂਟਰਾਬੈਂਡ ਟ੍ਰਾਂਸਪੋਰਟ ਹੁੰਦਾ ਸੀਗਾ, ਉਹ ਬਰਾਮਦ ਹੋਇਆ। ਸਰ, ਇੱਕ ਪਿੱਛੇ ਜੇ ਮਾਮਲਾ ਵੀ ਟਰੇਸ ਕੀਤਾ ਸੀ ਨਵਪ੍ਰੀਤ ਵਾਲਾ, ਉਹਦੇ ਨਾਲ ਵੀ ਲਿੰਕ ਹੈਗਾ ਕੁਛ ਨਾ ਕੁਛ? ਨਵਪ੍ਰੀਤ ਅਤੇ ਵਿਨੋਦ ਜਿਹੜੇ ਹੈ ਇਹ ਜੇਲ੍ਹ 'ਚ ਇਕੱਠੇ ਰਹੇ ਹੈ, ਅਤੇ ਉਸ ਟਾਈਮ ਤੋਂ ਇਹਨਾਂ ਦੀ ਆਪਸ 'ਚ ਤਾਂ, ਯਾਨੀ ਕਿ ਜਿੰਨਾ ਵੀ ਨੈਟਵਰਕ ਹੈਗਾ ਦੋਨੇ ਜਣੇ ਚਲਾ ਰਹੇ, ਦੋਨੋਂ ਚਲਾ ਰਹੇ ਹਨ, ਲੇਕਿਨ ਉਹ ਓਵਰਲੈਪ ਵੀ ਕਰਦਾ, ਕੋਈ ਹੋਰ ਵੀ ਚਲਾ ਰਿਹਾ ਹੋਣਾ ਹੈ ਉਹਦੇ ਨਾਲ ਵੀ, ਇਹ ਜਿਹੜਾ ਡਰਾਈਵਰ ਹੈ ਮੰਨ ਲਓ ਡਰਾਈਵਰ ਹੈ ਉਹਦੇ ਵੀ, ਇਹਦੇ ਲਈ ਵੀ ਕੰਮ ਕਰ ਰਿਹਾ, ਉਹਦੇ ਲਈ ਵੀ ਕਰ ਰਿਹਾ। ਤੁਹਾਡੇ ਕਹਿਣ ਦਾ ਮਤਲਬ ਇਸ ਮਾਮਲੇ ਦੀ ਹਜੇ ਤਹਿਕੀਕਾਤ ਹੋਣੀ, ਜਦੋਂ ਕੰਪਲੀਟ ਤਹਿਕੀਕਾਤ ਹੁੰਦੀ ਕੁਛ ਹੋਰ ਹੀ ਨਿਕਲ ਕੇ ਸਾਹਮਣੇ ਆਇਆ? ਜੀ ਜੀ, ਥੈਂਕ ਯੂ। ਤਾਂ ਇਹ ਸਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਜਿਨ੍ਹਾਂ ਨੇ ਕਲੀਅਰ ਕੀਤਾ ਕਿ ਹਜੇ ਮਾਮਲੇ ਦੀ ਤਹਿਕੀਕਾਤ ਕੀਤੀ ਆ।
13 ਮਾਮਲੇ, 13 ਬੰਦੇ ਇਸ ਮਾਮਲੇ 'ਚ ਫੜੇ ਗਏ ਆ, ਔਰ ਜਿਹੜਾ ਨਵਪ੍ਰੀਤ ਵਾਲਾ ਮਾਮਲਾ ਸੀਗਾ ਉਹਦੇ ਵਿੱਚ ਵੀ ਕਾਫੀ ਬੰਦਿਆਂ ਦੀ ਅਰੈਸਟ ਕੀਤੀ ਗਈ ਸੀਗੀ, ਔਰ ਪੂਰੇ ਇਹ ਮਾਮਲੇ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਮਾਮਲਾ ਇੱਕ ਨਵਾਂ ਮੋੜ ਲੈ ਕੇ ਆਏਗਾ। ਹੋਰ 20 ਬੰਦਿਆਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਣੀ ਹਜੇ ਬਾਕੀ ਆ। कैमरामैन सुविंदर के नाम सुरेंद्र कंबोज दैनिक सवेरा टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।